ਵਾਹ ਨਿਆਜ਼ੀ ਤੇਰੀਆਂ ਬੇਨਿਆਜ਼ੀਆਂ ਪੂਰੀ ਦੁਨੀਆ ਦੇ ਵਿੱਚ ਤੇਲ ਦੇ ਰੇਟ ਘਟ ਗਏ ਨੇ ਔਰ ਪਾਕਿਸਤਾਨ ਦੇ ਵਿੱਚ ਆਏ ਦਿਨ ਉਹ ਰੇਟ ਵੱਧੇ ਜਾ ਰਹੇ ਨੇ ਸਮਝ ਨਹੀਂ ਆਂਦੀ ਕਿ 60 ਰੁਪਏ ਦਾ ਲੀਟਰ ਲੱਭਣ ਵਾਲਾ ਤੇਲ ਕਰਪਟ ਸੀ ਤੇ ਅੱਜ 103 ਰੁਪਏ ਲੱਭਣ ਵਾਲਾ ਤੇਲ ਜਿਹੜਾ ਹੈ ਉਹ ਸਾਦੇ ਕੁਰ ਅਮੀਨ ਹੈ ਤੇਰੀ ਸਦਾਕਤ ਤੇਰੀ ਅਮਾਨਤ ਤੋਂ ਸਦਕੇ ਜਾਈਏ ਤੇਰੀ ਤੇਰੀ ਸਾਇੰਸ ਦੀ ਸਮਝ ਨਹੀਂ ਆਂਦੀ ਕਿ ਤੂੰ ਕਹਿੰਦਾ ਸੈਂ ਕਿ ਜੇ ਤੇਲ ਦਾ ਰੇਟ ਵਧੇ ਤੇ ਕਹਿਣਾ ਵਜ਼ੀਰ ਆਜ਼ਮ ਚੋਰ ਹੈ ਜੇ ਗੈਸ ਦਾ ਵਧੇ ਤੇ ਕਹਿਣਾ ਵਜ਼ੀਰ ਆਜ਼ਮ ਚੋਰ ਹੈ ਜੇ ਬਿਜਲੀ ਮਹਿੰਗੀ ਹੋਵੇ ਤੇ ਕਹਿਣਾ ਵਜ਼ੀਰ ਆਜ਼ਮ ਚੋਰ ਹੈ ਅਜੋ ਸਾਰੇ ਕੰਮ ਹੋ ਰਹੇ ਨੇ ਤੂੰ ਫਿਰ ਸਾਦੇ ਕੋ ਰਮੀਨ ਤੇਰੀ 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 ਇਹ ਸਾਇੰਸ ਦੀ ਸਮਝ ਨਹੀਂ ਆਈ ਅਗਰ ਡਾਲਰ ਦਾ ਰੇਟ 1 ਰੁਪਿਆ ਵਧਦਾ ਸੀ ਤੇ ਤੂੰ ਕੰਟੇਨਰ ਤੇ ਚੜ ਚੜ ਕੇ ਨੱਚਦਾਸੈਂ ਔਰ ਅੱਜ ਇਸ ਮੁਲਕ ਦੇ ਵਿੱਚ ਗਰੀਬ ਆਦਮੀ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ ਇਨਾ ਕੋਵਿਡ ਦੇ ਦਿਨਾਂ ਦੇ ਵਿੱਚ ਉਹ ਬਾਅਦ ਦੇ ਦਿਨਾਂ ਦੇ ਵਿੱਚ ਤੂੰ ਦਵਾਈਆਂ ਦੇ ਰੇਟ ਵੀ ਵਧਾਏ ਨੇ ਤੂੰ ਤੇਲ ਦੇ ਰੇਟ ਵੀ ਵਧਾਏ ਨੇ ਤੂੰ ਸਬਜ਼ੀ ਦਾਲ ਤੱਕ ਮਹਿੰਗੀ ਕਰ ਦਿੱਤੀ ਏ ਔਰ ਫੇਰ ਆਖਣਾ ਕਿ ਪਿਛਲੇ ਚੋਰ ਸਨ ਤੇ ਮੈਂ ਸਾਦੇ ਕੋ ਰਮੀਨ ਆ ਇਨਸ਼ਾ ਅੱਲਾਹ ਤਾਲਾ ਤੇਰੀ ਸਦਾਕਤ ਔਰ ਤੇਰੀ ਅਮਾਨਤ ਦਾ ਇੱਕ ਔਮ ਬੜਾ ਅਛੇਤੀ ਬਦਲਾ ਦੇਵੇਗੀ ਉਹ ਦਿਨ ਦੂਰ ਨਹੀਂ ਜਦੋਂ ਨਿਆਜ਼ੀ ਤੇਰਾ ਚੁੱਲਾ ਚਲਾਉਣ ਵਾਲੇ ਵੀ ਅੰਦਰ ਆਉਣਗੇ ਤੇ ਤੂੰ ਵੀ ਅੰਦਰ ਹੋਏਂਗਾ